ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡੇ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਕਲਾਸ 12 ਦੇ ਲਈ ਪੋਲਿਟੀਕਲ ਸਾਇੰਸ ਪੋਲ ਸਾਇੰਸ ਦੇ ਜਿਹੜੇ ਕੀ ਤੁਹਾਡੇ ਨਵੰਬਰ ਦੇ ਵਿੱਚ ਜੋ ਇਗਜ਼ਾਮ ਹੋ ਰਹੇ ਨੇ ਉਸ ਦੇ ਸਿਲੇਬਸ ਦੇ ਅਕੋਰਡਿੰਗ ਚੈਪਟਰਸ ਦੇ ਜਿਹੜੇ ਕੀ ਇੰਪੋਰਟੈਂਟ ਕੁਐਸਚਨਸ ਲੈ ਕੇ ਆਇਆ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਹਾਂਜੀ ਜਿਵੇਂ ਤੁਹਾਡੇ ਸਿਲੇਬਸ ਦੇ ਵਿੱਚ ਹੈ ਨੌਕਰਸ਼ਾਹੀ ਚੈਪਟਰ ਜਿਸ ਨੂੰ ਅਸੈਨਿਕ ਸੁਆਵਾ ਵੀ ਕਿਹਾ ਜਾਂਦਾ ਬਿਊਰੋਕਰੇਸੀ ਇਸ ਦਾ ਪਰਿਭਾਸ਼ਾ ਇੰਪੋਰਟੈਂਟ ਆ ਕਿਉਂਕਿ ਹਰ ਇੱਕ ਜਿਹੜਾ ਚੈਪਟਰ ਤੁਹਾਡਾ ਉਸ ਦੀ ਪਰਿਭਾਸ਼ਾ ਲੌਂਗ ਕੁਐਸਚਨ ਆਉਂਦਾ ਜੋ ਸ਼ਾਰਟ ਆਉਂਦਾ ਉਹਦੇ ਵਿੱਚ ਤੁਹਾਨੂੰ ਯਾਦ ਹੋਣੀ ਚਾਹੀਦੀ ਕਿਸੇ ਵੀ ਇੱਕ ਜਿਹੜੇ ਕਿ ਤੁਸੀਂ ਪਰਿਭਾਸ਼ਾ ਜ਼ਰੂਰ ਯਾਦ ਕਰਨੀ ਹੁੰਦੀ ਹੈ ਬਿਊਰੋਕ੍ਰੇਸੀ ਹੈ ਕਿ ਇਸ ਦਾ ਮੀਨਿੰਗ ਠੀਕ ਹੈ ਮੈਂ ਬੋਲ ਕੇ ਨਹੀਂ ਸਮਝਾਉਂਗੀ ਕਿਉਂਕਿ ਫਿਰ ਟਾਈਮ ਜ਼ਿਆਦਾ ਲੱਗ ਜਾਣਾ ਸੋ ਮੈਂ ਜਸਟ ਐਵੇਂ ਤੁਸੀਂ ਰੀਡ ਕਰ ਲੈਣਾ ਇਹਨਾਂ ਨੂੰ ਜਿਵੇਂ ਕਿ ਇਹ ਵਾਲੀ ਸੌਖੀ ਹੈ ਨੌਕਰਸ਼ਾਹੀ ਤਕਨੀਕੀ ਪੱਖ ਤੋਂ ਸਿੱਖਿਆ ਤੋਂ ਉਹਨਾਂ ਵਿਅਕਤੀਆਂ ਦਾ পেশਾ ਵਰ ਵਰਗ ਹੈ ਜੋ ਤਰਤੀਬ ਵਾਰ ਸੰਗਠਿਤ ਹੁੰਦੇ ਹਨ ਨਿਰਪੱਖ ਤੌਰ ਤੇ ਰਾਜ ਦੀ ਸੇਵਾ ਕਰਦੇ ਨੇ ਠੀਕ ਹੈ ਤੇ ਨੌਕਰਸ਼ਾਹੀ ਦੇ ਵਿਸ਼ੇਸ਼ਤਾਵਾਂ ਵੈਰੀ ਵੈਰੀ ਇੰਪੋਰਟੈਂਟ ਨੌਕਰਸ਼ਾਹੀ ਦੇ ਵਿਸ਼ੇਸ਼ਤਾਵਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਲੰਬਾ ਕੁਐਸਚਨ ਲਈ ਵੀ ਇੰਪੋਰਟੈਂਟ ਆ 4 ਮਾਰਕਸ ਲਈ ਤਾਂ ਹੈ ਹੀ ਹੈ ਠੀਕ ਹੈ ਨੌਕਰਸ਼ਾਹੀ ਦੇ ਵਿਸ਼ੇਸ਼ਤਾਵਾਂ ਇੰਪੋਰਟੈਂਟ ਆ ਹੈ ਤੇ ਸਥਾਈ ਕਾਰਜਪਾਲਿਕਾ ਕੀ ਹੁੰਦਾ ਸਥਾਈ ਕਾਰਜਪਾਲਿਕਾ ਇਹ ਨੌਕਰਸ਼ਾਹੀ ਹੁੰਦੀ ਹੈ ਜਿਸ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੂੰ ਜਿਹੜੇ ਕਿ ਉਪਨਸਾਲਵਾਲ ਜਿਹੜਾ ਪੁੱਛੀਏਵੇਂ ਚੋਣਾ ਉਹ ਇੱਕ ਪੂਰੇ ਟਰਮ ਉਹਨਾਂ ਦੀ ਹੁੰਦੀ ਹੈ ਵੀ ਇਹਨੇ ਇਅਰ ਤੱਕ ਤੁਸੀਂ ਆਪਣਾ ਸਰਵਿਸ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਕਿ ਉਹਨਾਂ ਦੀ ਰਿਟਾਇਰਮੈਂਟ ਹੁੰਦੀ ਆ ਉਹ ਹੁੰਦੀ ਹੈ ਸਥਾਈ ਕਾਰਜਪਾਲਿਕਾ ਕਾਰਜਪਾਲਿਕਾ ਦੋ ਰੂਪ ਹੁੰਦੇ ਨੇ ਇੱਕ ਰਾਜਨੀਤਿਕ ਕਾਰਜਪਾਲਿਕਾ ਦੂਜੀ ਸਥਾਈ ਕਾਰਜਪਾਲਿਕਾ ਰਾਜਨੀਤਿਕ ਕਾਰਜਪਾਲਿਕਾ ਜਿਹੜੀ ਚੋਣਾਂ ਦੇ ਵਿੱਚ ਪ੍ਰਤੱਖ ਜਾਂ ਪ੍ਰਤੱਖ ਰੂਪ ਦੇ ਵਿੱਚ ਲੋਕਾਂ ਦੁਆਰਾ ਚੁਣਿਆ ਜਾਂਦੇ ਨੇ ਤੇ ਜਿਹਦੇ ਵਿੱਚ ਵਿਦਿਅਕ ਯੋਗਤਾਵਾਂ ਨਹੀਂ ਹੁੰਦੀਆਂ ਜਿਹੜੀ ਕਿ ਸਥਾਈ ਕਾਰਜਪਾਲਿਕਾ ਇਹ ਹੁੰਦੀਆਂ ਨੌਕਰਸ਼ਾਹੀ ਜਿਸ ਦੇ ਵਿੱਚ ਵਿਦਿਅਕ ਯੋਗਤਾਵਾਂ ਜ਼ਰੂਰੀ ਹੁੰਦੀਆਂ ਨੇ ਤੇ ਇਹਦੇ ਵਿੱਚ ਇੰਪੋਰਟੈਂਟ ਆ ਉਸ ਤੋਂ ਬਾਅਦ ਇਸ ਦੇ ਵਿੱਚ ਇਹ ਦੋਨੋਂ ਹੀ ਕੁਐਸਚਨਸ ਮੇਨ ਨੇ ਇਹ ਰਾਜਨੀਤਿਕ ਧਾਰੀ ਦੀ ਨੁਕਤੀ ਦੀ ਵਿਧੀ ਇਹ ਕੋਈ ਖਾਸ ਇੰਪੋਰਟੈਂਟ ਨਹੀਂ ਹੈ ਨੌਕਰਸ਼ਾਹੀ ਦਾ ਸ਼ਬਦੀ ਅਰਥ ਵੈਰੀ ਵੈਰੀ ਇੰਪੋਰਟੈਂਟ ਕਿਉਂਕਿ ਸ਼ਾਰਟ ਕੁਐਸਚਨਸ ਵੀ ਬਹੁਤ ਨਿਕਲਦੇ ਨੇ ਇਹਦੇ ਵਿੱਚੋਂ ਨੌਕਰਸ਼ਾਹੀ ਸ਼ਬਦ ਕਿਸ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਇੰਗਲਿਸ਼ ਭਾਸ਼ਾ ਦੇ ਸ਼ਬਦ ਬਿਊਰੋਕ੍ਰੇਸੀ ਤੋਂ ਲਿਆ ਗਿਆ ਬਿਊਰੋਕ੍ਰੇਸੀ ਕਿਹੜੀ ਭਾਸ਼ਾ ਦਾ ਸ਼ਬਦ ਹੈ ਫਰਾਂਸੀਸੀ ਭਾਸ਼ਾ ਦਾ ਸ਼ਬਦ ਬਿਊਰੋ ਪਲੱਸ ਕ੍ਰੇਸੀਆ ਤੋਂ ਲਿਆ ਗਿਆ ਹੈ ਵਿਰੋ ਦਾ ਅਰਥ ਹੁੰਦਾ ਡੈਸਕ ਕ੍ਰੇਸੀਆ ਦਾ ਅਰਥ ਹੁੰਦਾ ਸ਼ਾਸਨ ਭਾਵ ਕਿ ਡਾਕਸ ਤੇ ਬੈਠ ਕੇ ਜਿਹੜਾ ਕਿ ਪ੍ਰਸ਼ਾਸਨ ਕਰਨਾ ਜਾਂ ਕੰਮ ਕਾਜ ਕਰਨਾ ਇਹ ਹੁੰਦਾ ਨੌਕਰਸ਼ਾਹੀ ਵੈਰੀ ਵੈਰੀ ਇੰਪੋਰਟੈਂਟ ਹੈ ਇਹ ਨੌਕਰਸ਼ਾਹੀ ਦੀ ਭਰਤੀ ਦੇ ਵਿਧੀਆਂ ਇਹ ਵੀ ਇੰਪੋਰਟੈਂਟ ਆ ਕਿ ਨੌਕਰਸ਼ਾਹੀ ਜਿਹੜੇ ਹੁੰਦੇ ਨੇ ਮੁਲਾਜ਼ਮ ਉਹਨਾਂ ਨੂੰ ਕਿਵੇਂ ਅਪਾਇੰਟ ਕੀਤਾ ਜਾਂਦਾ ਠੀਕਾ ਰਾਜਨੀਤੀ ਤੇ ਆਧਾਰਿਤ ਨਿਯੁਕਤੀਆਂ ਵਿਭਾਗੀ ਚੋਣ ਸੰਮਤੀ ਦੁਆਰਾ ਨਿਯੁਕਤੀ ਲੋਕ ਸੇਵਕ ਕਮਿਸ਼ਨ ਦੁਆਰਾ ਨਿਯੁਕਤੀ ਕਾਰਜ ਵਾਲੇ ਕੁਛ ਇਹਨੇ ਖਾਸ ਇੰਪੋਰਟੈਂਟ ਨਹੀਂ ਹੈ ਨੌਕਰਸ਼ਾਹੀ ਦੀ ਮੁਹੱਤਤਾ ਇਹ ਵੀ ਇੰਪੋਰਟੈਂਟ ਹੈ ਤਰਤੀ ਵਾਰ ਸੰਗਠਿਤ ਧਾਵਕੀ ਵੀ ਹਰੇਕ ਅਧਿਕਾਰੀ ਆਪਣੇ ਤੋਂ ਉੱਪਰ ਕਿਸੇ ਹੋਰ ਅਧਿਕਾਰੀ ਦੇ ਅੰਡਰ ਹੁੰਦਾ ਠੀਕ ਹੈ ਤਾਂ ਉਹਦਾ ਆਪਣਾ ਸਾਰਾ ਪ੍ਰਸ਼ਾਸਨ ਉਹਦੇ ਅੰਡਰ ਹੁੰਦਾ ਇਹ ਕੁਛ ਨਾ ਨਹੀਂ ਜਸਟ ਤੁਸੀਂ ਰੀਡ ਕਰ ਲੈਣਾ ਇਸ ਦੇ ਵਿੱਚੋਂ ਨੌਕਰ ਸ਼ਾਈ ਨੂੰ ਪ੍ਰਸ਼ਾਸਨ ਦੇ ਰੀਡ ਦੀ ਹੱਡੀ ਕਿਉਂ ਜਾਂਦਾ ਕਿਉਂਕਿ ਆ ਜਾਂਦਾ ਇੰਪੋਰਟੈਂਟ ਹੈ ਠੀਕ ਹੈ ਨੌਕਰ ਸ਼ਾਈ ਦੀ ਨਿਯੁਕਤੀ ਲਈ ਸਰਵੋਤਮ ਵਿਧੀ ਕਿਹੜੀ ਹੁੰਦੀ ਹੈ ਪ੍ਰੀਖਿਆਵਾਂ ਦੇ ਰਾਹੀਂ ਜਿਹੜੇ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜੋ ਮੈਰਿਟ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸਿਲੈਕਟ ਕਰਨਾ ਇਹ ਸਭ ਤੋਂ ਵਧੀਆ ਵਿਧੀ ਹੁੰਦੀ ਹੈ ਉਸ ਤੋਂ ਬਾਅਦ ਤੁਹਾਡਾ ਚੈਪਟਰ ਆ ਲੋਕਮਤ ਵਾਲਾ ਜਿਸ ਨੂੰ ਜਨਮਤ ਵੀ ਕਿਹਾ ਜਾਂਦਾ ਲੋਕਮਤ ਜਨਮਤ ਇੱਕੋ ਗੱਲ ਹੈ ਠੀਕ ਹੈ ਲੋਕਮਤ ਕੀ ਹੈ ਇਸ ਦੇ ਵਿਸ਼ੇਸ਼ਤਾਵਾਂ ਇੰਪੋਰਟੈਂਟ ਆ ਲੋਕਮਤ ਕੀ ਹੈ ਇਸ ਦੇ ਵਿਸ਼ੇਸ਼ਤਾਵਾਂ ਇੰਪੋਰਟੈਂਟ ਆ ਤੇ ਲੋਕਮਤ ਦੇ ਨਿਰਮਾਣ ਦੇ ਵਿੱਚ ਵਿਦਿਅਕ ਸੰਸਥਾਵਾਂ ਕੀ ਕੀ ਭੂਮਿਕਾ ਨਿਭਾਉਂਦੇ ਨੇ ਇਹ ਵੀ ਇੰਪੋਰਟੈਂਟ ਹੈ ਠੀਕ ਹੈ ਤਾਂ ਲੋਕਤੰਤਰ ਦੇ ਵਿੱਚ ਲੋਕਮੱਤ ਦੀ ਕੀ ਮਹੱਤਤਾ ਵੀ ਇੰਪੋਰਟੈਂਟ ਹੈ ਪ੍ਰੈਸ ਰੇਡੀਓ ਟੈਲੀਵਿਜ਼ਨ ਇਹਨਾਂ ਦੀ ਕੀ ਮਹੱਤਾ ਠੀਕ ਹੈ ਜਾਂ ਤਾਂ ਜਿਵੇਂ ਪ੍ਰੈਸ ਵਾਲਾ ਉਧਰ ਹੋ ਗਿਆ ਇੱਥੇ ਰੇਡੀਓ ਟੈਲੀਵਿਜ਼ਨ ਵਾਲਾ ਤੇ ਇਹਨਾਂ ਨੂੰ ਰੇਡੀਓ ਟੈਲੀਵਿਜ਼ਨ ਪ੍ਰੈਸ ਇਹਨਾਂ ਨੂੰ ਸੰਚਾਰ ਦੇ ਸਾਧਨ ਵੀ ਕਹਿੰਦੇ ਨੇ ਅਗਰ ਕੁਐਸਚਨ ਐਵੇਂ ਹੋਵੇ ਕਿ ਲੋਕਮੱਤ ਦੇ ਨਿਰਮਾਣ ਦੇ ਵਿੱਚ ਸੰਚਾਰ ਦੇ ਸਾਧਨ ਦੀ ਕੀ ਭੂਮਿਕਾ ਹੈ ਤਾਂ ਵੀ ਇਹੀ ਅਨਸਰ ਆਉਣੇ ਨੇ ਕੀ ਇੰਪੋਰਟੈਂਟ ਹੈ ਤੇ ਸਵਸਥ ਲੋਕਮਤ ਦੇ ਨਿਰਮਾਣ ਲਈ ਕਿਹੜੇ ਚਾਰ ਸ਼ਰਤਾਂ ਹੁੰਦੀਆਂ ਨੇ ਲੋਕਤੰਤਰ ਸ਼ਾਸਨ ਪ੍ਰਣਾਲੀ ਪੜੇ ਲਿਖੇ ਲੋਕ ਨਾਗਰਿਕ ਸचेਤ ਨਾਗਰਿਕ ਦਾ ਅਰਥ ਸਿੱਖਿਆ ਪ੍ਰਣਾਲੀ ਚੋਣਾਂ ਵਿੱਚ ਲੋਕਮਤ ਆ ਲੈ ਵੀ ਇੰਪੋਰਟੈਂਟ ਹੈ ਤੇ ਸਵਸਥ ਲੋਕਮਤ ਦੇ ਨਿਰਮਾਣ ਦੇ ਵਿੱਚ ਕਿਹੜੇ-ਕਿਹੜੇ ਔਕੜਾ ਨੇ ਜੁਮਿਆਣ ਪੜਤਾ ਬੇਰੁਜ਼ਗਾਰੀ ਠੀਕ ਹੈ ਇਹ ਵੀ ਇੰਪੋਰਟੈਂਟ ਨੇ ਤੇ ਸ਼ਹਿਰੀ ਖੇਤਰ ਦੇ ਵਿੱਚ ਸਥਾਨਕ ਸੰਸਥਾਵਾਂ ਇਦੇ ਵਿੱਚੋਂ ਫਰਸਟ ਕੁਐਸਚਨ ਕਿ ਇਹਦੇ ਵਿੱਚ ਕਿਹੜੇ-ਕਿਹੜੇ ਆਉਂਦੇ ਨੇ ਨਗਰ ਨਿਗਮ ਨਗਰ ਪ੍ਰਸ਼ਾਸਨ ਨਗਰ ਪੰਚਾਇਤ ਸਭ ਤੋਂ ਉੱਪਰ ਨਗਰ ਨਿਗਮ ਹੁੰਦੀ ਹੈ ਸਭ ਤੋਂ نیچے ਨਗਰ ਪੰਚਾਇਤ ਦੇ ਵਿਚਕਾਰ ਵਾਲੀ ਹੁੰਦੀ ਹੈ ਨਗਰ ਪ੍ਰਸ਼ਾਸਨ ਠੀਕ ਹੈ ਤੇ ਇਹ ਪੰਜਾਬ ਦੇ ਵਿੱਚ ਕਿੰਨੇ ਨਗਰ ਨਿਗਮ ਨੇ 13 ਉਹਨਾਂ ਦੇ ਨਾਂ ਇਹ ਵੀ ਇੰਪੋਰਟੈਂਟ ਆ ਤੇ 74ਵੀਂ ਸੰਵਿਧਾਨਿਕ ਸੋਧ ਦੇ ਰਾਹੀਂ ਜਿਹੜੇ ਕਿ 1992 ਦੇ ਵਿੱਚ ਸ਼ਹਿਰੀ ਸਥਾਨਿਕ ਸੰਸਥਾਵਾਂ ਇਹ ਜਿਹੜੇ ਕਿ ਭਾਰਤੀ ਸੰਵਿਧਾਨ ਦੇ ਭਾਗ 9 ए ਦੇ ਵਿੱਚ ਦਰਜ ਨੇ ਇਹ ਸੰਵਿਧਾਨ ਦੇ ਭਾਗ 9 ए ਦੇ ਵਿੱਚ ਠੀਕ ਹੈ ਤੇ ਇਹਦੇ ਅੰਡਰ ਆਰਟੀਕਲ ਆਉਂਦੇ ਨੇ 18 ਜਾਂ ਵਿਸ਼ੇ 18 ਹੁੰਦੇ ਨੇ 18 ਵਿਸ਼ੇ ਇਸ ਦੇ ਵਿੱਚ ਤੇ ਅਨੁਸੂਚੀ ਕਿਹੜੀ ਹੈ ਉਹਨੂੰ ਉਹਨੂੰ ਸੂਚੀ ਹੈਗੀ 12ਵੀਂ ਨਗਰਪਾਲਿਕਾ ਦੀ ਮੰਤਰੀ ਇੰਪੋਰਟੈਂਟ ਹੈ ਇਹਨਾਂ ਦੀ ਆਮਦਨ ਦੇ ਸਾਧਨ ਇਹ ਸਭ ਚੀਕ ਕੋਈ ਆ ਜਾਣਗੇ ਕਾਰ ਟੈਕਸ ਠੀਕ ਹੈ ਸਾਰੇ ਪੁੱਛ ਤੇ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਨਗਰ ਨਿਗਮ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਇਹ ਇੰਪੋਰਟੈਂਟ ਹੋਊਗਾ ਹਾਂਜੀ ਮੇਅਰ ਵਾਲਾ ਇੰਪੋਰਟੈਂਟ ਆ ਮੇਅਰ ਕੌਣ ਹੁੰਦਾ ਇੱਕ ਕਾਰਪੋਰੇਸ਼ਨ ਦੇ ਵਿੱਚ ਮੇਅਰ ਦੀ ਕੀ ਭੂਮਿਕਾ ਹੁੰਦੀ ਹੈ ਇੰਪੋਰਟੈਂਟ ਆ ਨਗਰ ਨਿਗਮ ਦਾ ਕਾਰਜਪਾਲਿਕਾ ਦਾ ਮੁਖੀ ਹੁੰਦਾ ਇਹ ਨਗਰ ਸੁਧਾਰ ٹرسٹ ਯਰ ਜਸਟ ਤੁਸੀਂ ਰੀਡ ਕਰਨਾ ਨਗਰ ਨਿਗਮ ਹੈ ਕਿ ਇਹ ਵੀ ਤੁਸੀਂ ਰੀਡ ਪੱਕਾ ਕਰਨਾ ਇਹ ਵੀ ਇੰਪੋਰਟੈਂਟ ਹੈ ਨਗਰ ਨਗਰ ਨਿਗਮ ਦੇ ਚੋਣ ਕੌਣ ਲੜ ਸਕਦਾ ਹੈ ਸਾਰਿਆਂ ਚ ਇੱਕੋ ਜਿਹੇ ਪੁਆਇੰਟ ਹੋਣਗੇ ਪਰਦਾਨ ਅਗਲੀ ਹੋਵੇ ਠੀਕ ਹੈ ਵੋਟਰ ਸੂਚੀ ਦੇ ਵਿੱਚ ਉਹਦਾ ਨਾਮ ਦਰਜ ਹੋਵੇ 21 ਸਾਲ ਤੋਂ ਘੱਟ ਨਾ ਹੋਵੇ ਤੇ ਕਿਸੇ ਸਰਕਾਰੀ ਪਦਵੀ ਤੇ ਨਾ ਹੋਵੇ ਨਗਰਪਾਲਿਕਾ ਚੋਣ ਲਈ ਕਿਸੇ ਅਦਾਲਤ ਵੱਲੋਂ ਅਯੋਗ ਘੋਸ਼ਿਸ਼ ਨਾ ਕੀਤਾ ਗਿਆ ਹੋਵੇ ਕਮਨ ਨਗਰ ਨਿਗਮ ਦੇ ਕੰਮ ਨਗਰਪਾਲਿਕਾ ਦੇ ਕੰਮ ਇਹਨਾਂ ਤਿੰਨਾਂ ਦੇ ਕੰਮ ਠੀਕ ਹੈ ਤੇ ਸ਼ੋਨੀ ਬੋਰਡ ਕੀ ਹੁੰਦਾ ਇਹ ਵੀ ਇੰਪੋਰਟੈਂਟ ਆ ਨਗਰਪਾਲਿਕਾ ਦੇ ਹੋਈ ਕੰਮ ਆਗਾ ਜੋ ਮੈਂ ਤੁਹਾਨੂੰ ਉੱਪਰ ਦੱਸਿਆ ਕਿ ਨਾ ਸਭ ਦੇ ਕੰਮ ਆਉਣਗੇ ਇੰਪੋਰਟੈਂਟ ਨੇ ਹੁੰਦੇ ਨੇ ਇਹ ਸਭ ਦੇ ਕੋਈ ਹੁੰਦੇ ਨੇ ਤੇ ਲੋਕਮਤ ਵਾਲੇ ਵਿੱਚ ਲੋਕਮਤ ਦੇ ਵਿਸ਼ੇਸ਼ਤਾਵਾਂ ਦਾ ਲੱਛਣ ਵੀ ਇੰਪੋਰਟੈਂਟ ਨੇ ਤੁਸੀਂ ਉਹ ਵੀ ਜਸਟ ਰੀਡ ਕਰ ਲੈਣਾ ਹਾਂਜੀ ਉਸ ਤੋਂ ਬਾਅਦ ਆ ਭਾਰਤੀ ਦਲ ਪ੍ਰਣਾਲੀ ਦਾ ਸਰੂਪ ਇਸ ਦੇ ਵਿੱਚ ਖੇਤਰੀ ਦਲਾਂ ਦੇ ਨਾਂ ਤੁਸੀਂ ਯਾਦ ਕਰ ਲੈਣੇ ਨੇ ਤੇ ਭਾਰਤ ਵਿੱਚ ਕਿਸ ਕਿਸਮ ਦੀ ਰਾਜਨੀਤਿਕ ਦਲ ਪ੍ਰਣਾਲੀ ਆ ਠੀਕ ਹੈ ਕਿਹੜੇ-ਕਿਹੜੇ ਦੇਸ਼ਾਂ ਵਿੱਚ ਬਹੁਦਲ ਪ੍ਰਣਾਲੀ ਆ ਤੇ ਕਿਹੜੇ ਨੇ ਦੋ ਦਲ ਪ੍ਰਣਾਲੀ ਆ ਸ਼ਾਰਟ ਕੁਐਸਚਨ ਲਈ ਇੰਪੋਰਟੈਂਟ ਹੁੰਦੇ ਨੇ ਇੱਕ ਦਲ ਪ੍ਰਣਾਲੀ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਆ ਸ਼ਾਰਟ ਲਈ ਇੰਪੋਰਟੈਂਟ ਨੇ ਤੇ ਦਲ ਦਲ ਪ੍ਰਣਾਲੀ ਦੇ ਵਿਸ਼ੇਸ਼ਤਾਵਾਂ ਇੰਪੋਰਟੈਂਟ ਆ ਦਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਤੇ ਭਾਰ ਦੇ ਵਿੱਚ ਕਿਸ ਕਿਸ ਨੂੰ ਦਲ ਪ੍ਰਣਾਲੀ ਬਹੁ ਦਲ ਪ੍ਰਣਾਲੀ ਆ ਇੱਕ ਦਲ ਪ੍ਰਣਾਲੀ ਜਿਵੇਂ ਚੀਨ ਹੋ ਗਿਆ ਦੋ ਦਲ ਪ੍ਰਣਾਲੀ ਇੰਗਲੈਂਡ ਤੇ ਅਮਰੀਕਾ ਤੇ ਰਾਜਨੀਤਿਕਾਂ ਦੇ ਆਕਾਰ ਚ ਕਰਮਕ ਨੀਤੀਆਂ ਇਹ ਵੀ ਸਿਮਿਲਰ ਪੁਆਇੰਟਸ ਹੀ ਹੁੰਦੇ ਨੇ ਸਭ ਦੇ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਨਾਮ ਤੁਸੀਂ ਯਾਦ ਕਰਨੇ ਨੇ ਟਿਕਾਣਾ ਦੀ ਮਾਨਤਾ ਕਿਵੇਂ ਖਤਮ ਹੋ ਜਾਂਦੀ ਆ ਨੀਤੀਆਂ ਵਾਲੇ ਸਭ ਦੇ ਪੁਆਇੰਟ ਸਿਮਿਲਰ ਜੇ ਹੋਣਗੇ ਤੁਸੀਂ ਕਰੰਟ ਜੋ ਚੱਲ ਰਹੀ ਹੈ ਸਰਕਾਰ ਉਸ ਦੇ ਨੀਤੀਆਂ ਕਾਰਜ ਕਰ ਲੈਣਾ ਹਾਂਜੀ ਇਹ ਸੀ ਕੁਝ ਇੰਪੋਰਟੈਂਟ ਕੁਐਸਚਨਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਜਿੰਨੇ ਵੇਸੇ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰੀ ਆਉਦਾ ਤੁਹਾਨੂੰ ਜਲਦੀ ਤੋਂ ਜਲਦੀ ਉਸੇ ਟਾਈਮ ਨੋਟੀਫਿਕੇਸ਼ਨ ਤਾਂ ਹੀ ਮਿਲੂਗਾ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਸੋ ਤੁਹਾਡੇ ਜਿਵੇਂ ਹੁਣ ਐਗਜ਼ਾਮ ਵੀ ਸਟਾਰਟ ਹੋਣ ਜਿਹੜੇ ਕਿ ਫਾਈਨਲ ਐਗਜ਼ਾਮ ਡਿਕਲੇਅਰ ਹੋ ਗਏ ਨੇ ਕਿ ਫੈਬਰੂਅਰੀ ਵਿੱਚ ਸਟਾਰਟ ਹੋ ਜਾਣੇ ਨੇ ਸੋ ਉਹਨਾਂ ਦੀ ਪ੍ਰੈਪਰੇਸ਼ਨ ਦੇ ਲਈ ਆਪਾਂ ਸੈਂਪਲ ਪੇਪਰ ਥਰੂ ਜਿਹੜੇ ਕਿ ਤਿਆਰੀ ਕਰਾਂਗੇ ਸੋ ਵੱਧ ਤੋਂ ਵੱਧ ਜਿਹੜੇ ਕਿ ਸਟੂਡੈਂਟਸ ਚੈਨਲ ਦੇ ਨਾਲ ਜੁੜੋ ਤੇ ਬਾਕੀਆਂ ਨੂੰ ਵੀ ਜੁੜੋ ਥੈਂਕਸ